ਦੇਸ਼ ਭਗਤ ਝਾਂਸੀ ਜਾ ਪੁੱਜੇ ਨੇ ਇੱਥੇ ਰਹਿ ਕੇ ਹਥਿਆਰ ਬਣਾਉਣ ਬਾਰੇ ਵਿਚਾਰ ਕੀਤੀ ਗਈ ਇੱਕ ਦਿਨ ਇਹ ਨੌਜਵਾਨ ਕੌਮੀ ਪ੍ਰਵਾਨੇ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੀ ਖੁਸ਼ੀ ਵਿੱਚ ਕੋਈ ਜਸ਼ਨ ਮਨਾ ਰਹੇ ਨੇ ਖੁਸ਼ੀਆਂ ਮਨਾ ਰਹੇ ਨੇ ਐਨ ਇਸੇ ਮੌਕੇ ਤੇ ਪੰਜਾਬ ਤੋਂ ਇੱਕ ਨੌਜਵਾਨ ਤਾਰਾ ਚੰਦ ਗਿਆ ਉਹਨੇ ਆਖਿਆ ਕੌਮੀ ਪ੍ਰਵਾਨੇ ਹੋ ਤੁਸੀਂ ਜਸ਼ਨ ਮਨਾ ਰਹੇ ਹੋ ਖੁਸ਼ੀਆਂ ਮਨਾ ਰਹੇ ਹੋ ਉਧਰ ਸਰਕਾਰ ਕਾਲਾ ਕਾਨੂੰਨ ਬਣਾ ਰਹੀ ਹੈ ਤਾਰ ਭਗਤ ਸਿੰਘ ਜੀ ਬੜੇ ਦੁੱਖ ਦੀ ਗੱਲ ਹੈ 8 ਅਪ੍ਰੈਲ 1938 ਨੂੰ ਕੌਂਸਲ ਹਾਊਸ ਵਿੱਚ ਇੰਪੀਰੀਅਲ ਪਬਲਿਕ ਸੇਫਟੀ ਬਿੱਲ ਪਾਸ ਹੋਣਾ ਹੈ ਜਿਸ ਦੇ ਨਾਲ ਦੇਸ਼ ਭਗਤਾਂ ਨੌਜਵਾਨਾਂ ਤੇ ਕੌਮੀ ਪ੍ਰਵਾਨਿਆਂ ਤੇ ਹੋਰ ਸਖਤੀ ਕੀਤੀ ਜਾਵੇਗੀ ਬਈ ਜਿਸ ਵੇਲੇ ਸਰਦਾਰ ਭਗਤ ਸਿੰਘ ਨੇ ਸੁਣੀ ਗੱਲ ਉਹਦੇ ਦਿਲ ਵਿੱਚ ਭਾਂਬੜ ਮੱਚ ਉੱਠੇ ਮੋਹਨ ਸਿੰਘ ਖਿਆਲੀ ਦਾ ਢਾਡੀ ਜਥਾ ਬਲਦੇਵ ਸਿੰਘ ਬਿੱਲੋ ਤੰਗੀ ਮਾਸਟਰ ਸਵਾਗਤ ਸਿੰਘ ਜੀ ਸੁਖੀਆ ਹੇ ਇਹੋ ਬਿਆਨ ਕਰਦੇ ਗੁਲਦਸਤਾ
ਸੀ ਗੁਲਦਸਤਾ।